श्रोमणी अकाली दल ਅਤੇ ਬਸਪਾ ਵੱਲੋਂ ਪਿੰਡ ਤਿੱਬੜ ਵਿਖੇ ਖੋਲਿਆ ਗਿਆ ਦਫ਼ਤਰ। ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਕੀਤਾ ਗਿਆ ਉਦਘਾਟਨ। ਦੱਸਦੀ ਹੈ ਕਿ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸਭ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਲੋਕਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਗੁਰਦਾਸਪੁਰ ਦੇ ਪਿੰਡ ਤਿੱਬੜ ਵਿਖੇ ਅਕਾਲੀ ਦਲ ਅਤੇ ਬਸਪਾ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਆਓ ਤੁਹਾਨੂੰ ਦਿਖਾਉਂਦੇ ਹਾਂ ਜਗਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਸਾਡੇ ਹਲਕੇ ਦਾ ਤਿੱਬੜ ਪਿੰਡ ਆ, ਸਭ ਤੋਂ ਵੱਡਾ ਪਿੰਡ ਆ। ਇੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਦਫ਼ਤਰ ਖੋਲ੍ਹਿਆ ਗਿਆ। ਇੱਥੇ ਲੋਕ ਜਿਹੜੇ ਨਾਲ ਦੇ ਪਿੰਡਾਂ ਦੇ ਨੇ ਉਹ ਇੱਥੇ ਤਾਲਮੇਲ ਰੱਖਣਗੇ। ਇੱਥੋਂ ਚੋਣ ਮੁਹਿੰਮ ਨੂੰ ਚਲਾਉਣ ਵਾਸਤੇ ਸਾਰੀ ਜਿਹੜੀ ਸਲਾਹ ਮਸ਼ਵਰਾ ਵਰਕਰ ਇੱਥੇ ਬਹਿ ਕੇ ਕਰਿਆ ਕਰਨਗੇ। ਅਤੇ ਤਿੱਬੜ ਪਿੰਡ ਜਾਣ ਕੇ ਇਹ ਮੀਟਿੰਗ ਵੀ ਕੀਤੀ ਆ, ਅਤੇ 4-5 ਮੀਟਿੰਗਾਂ ਇਸੇ ਪਿੰਡ ਵਿੱਚ ਮੇਰੀਆਂ ਨੁੱਕੜ ਮੀਟਿੰਗਾਂ ਜਿਹੜੀਆਂ ਹੋਰ ਵੀ ਨੇ। ਅਤੇ ਲੋਕਾਂ ਨੂੰ ਬੇਨਤੀ ਕਰ ਲਈ ਆਇਆ ਕਿ ਤਕੜੇ ਹੋ ਕੇ ਸਾਨੂੰ ਕਾਮਯਾਬ ਕਰੋ, ਤਾਂ ਜੋ ਪਹਿਲੇ ਜਿਹੜੇ ਸਾਡੇ ਵੇਲੇ ਬਾਦਲ ਸਾਹਿਬ ਨੇ ਸੇਵਾ ਕੀਤੀ ਪੰਜਾਬ ਦੀ, ਅਤੇ ਲੋਕ ਇੱਥੇ ਦੇ ਫੈਸਲੇ ਕਰਦੇ ਰਹੇ ਹਾਂ, ਅੱਗੇ ਵੀ ਜਿਹੜੀ ਕੋਈ ਲੋਕ ਸਲਾਹ ਦੇਣਗੇ ਲੋਕਾਂ ਦੇ ਇੱਥੇ ਦੇ ਫੈਸਲੇ ਕਰਾਂਗੇ। ਇਹ ਅਸੀਂ ਬੇਨਤੀ ਕਰ ਲਈ ਆਏ ਹਾਂ ਕਿ ਸਾਡੀ ਸਰਕਾਰ ਬਣਾਓ। ਬੱਬੇ ਸਾਹਿਬ, ਗੁਰਦਾਸਪੁਰ 'ਚ ਆਜ਼ਾਦ ਨਗਰ ਇੱਕ ਅਮਰ ਪੈਲਸ ਵਾਲੀ ਗਲੀ ਆ ਜੀ, ਲੋਕਾਂ ਨੇ ਅੱਜ ਪ੍ਰੋਟੈਸਟ ਵੀ ਕੀਤਾ ਕਿ ਪਾਣੀ ਜਿਹੜਾ ਘਰਾਂ 'ਚ ਵੜ ਗਿਆ ਹੈ, ਸੀਵਰੇਜ 'ਚੋਂ ਪਾਣੀ ਬਾਹਰ ਨਿਕਲ ਰਿਹਾ ਹੈ। ਉਹਨਾਂ ਕਿਹਾ ਜੀ ਵਿਕਾਸ ਕਰਨ ਦੀ ਥਾਂ 'ਤੇ ਸਾਨੂੰ ਆਹ ਕੁਝ ਦਿੰਦੇ ਹੋਇਆ ਦਿੱਤਾ ਗਿਆ। ਵੇਖੋ ਜੀ, ਜਿਹੜਾ ਇੱਥੇ MLA ਆ ਕਰਪਸ਼ਨ 'ਚ ਭਿੱਜਿਆ ਹੋਇਆ ਪਰਿਵਾਰ ਆ, ਕੋਈ ਪਲਾਨ ਨਹੀਂ, ਅਨਪਲੈਨਡ ਕੰਮ ਸ਼ੁਰੂ ਹੋ ਰਹੇ ਨੇ। ਜਿਹੜਾ ਸੀਵਰੇਜ ਆ ਉਹਦਾ ਕੋਈ ਲੈਵਲ ਨਹੀਂ, ਕੋਈ ਉਹਦਾ ਐਸਟੀਮੇਟ ਨਹੀਂ ਵੀ ਕਿੰਨਾ ਪਾਣੀ ਗਲੀਆਂ ਲਾਉਣਾ, ਕਿੱਡੇ ਵੱਡੇ ਪਾਈਪ ਚਾਹੀਦੇ ਨੇ, ਛੋਟੇ ਪਾਈਪ ਨੇ। ਸ਼ਹਿਰ ਦੇ ਵਿੱਚ ਵੀ ਵੱਡੀਆਂ ਸੜਕਾਂ 'ਤੇ ਉਹਨੇ ਟਾਇਰ ਲਾਤੀ ਆਪਣੀ ਵੇਚਣ ਵਾਸਤੇ, ਉਹ ਵੀ ਲੋਕਾਂ ਦੀਆਂ ਦੁਕਾਨਾਂ 'ਚ ਪਾਣੀ ਵੜਿਆ। ਕਦੀ ਡਿਵਾਈਡਰ ਬਣਾ ਦਿੰਦੇ ਨੇ, ਲੋਕ ਰੌਲਾ ਪਾਉਂਦੇ ਫਿਰ ਡਿਵਾਈਡਰ ਢਾ ਦਿੰਦੇ ਨੇ। ਇਸ ਤਰ੍ਹਾਂ 2-2 ਫੁੱਟ ਕਈਆਂ ਸੜਕਾਂ 'ਤੇ ਰੌਲਾ ਪਾ ਦਿੱਤਾ, ਘਰ ਨੀਵੇਂ ਹੋ ਗਏ ਨੇ, ਅਨਪਲੈਨਡ ਸਾਰਾ ਕੰਮ ਚੱਲ ਰਿਹਾ, ਇਸ ਕਰਕੇ ਲੋਕ ਦੁਖੀ ਨੇ। ਵੇਖੋ ਜੀ, ਮੈਂ ਸਰਦਾਰ ਸਰਵਨ ਸਿੰਘ, ਪਿੰਡ ਤਿੱਬੜ, ਯੂਥ ਅਕਾਲੀ ਦਲ ਪ੍ਰਧਾਨ। ਜੋ ਅੱਜ ਸਾਰਿਆਂ ਦੇ ਵਿੱਚ ਵੀਰਾਂ ਦੇ ਬੈਠ ਕੇ ਜੋ ਵੀ ਗੱਲਬਾਤ ਹੋਈ ਹੈ, ਆਪਾਂ ਤਿੱਬੜ ਦੇ ਸੈਂਟਰ ਵਿੱਚ ਦਫ਼ਤਰ ਖੋਲ੍ਹਿਆ ਹੈ ਸਰਦਾਰ ਗੁਰਬਚਨ ਸਿੰਘ ਜੀ ਬੱਬੇਹਾਲੀ ਜੀ ਦਾ। ਉਹਨਾਂ ਦਾ ਚੋਣ ਨਿਸ਼ਾਨ ਤੱਕੜੀ ਹੈ ਜੀ। ਬਾਕੀ ਅਸੀਂ ਕਈ ਜੀ ਪਹਿਲੇ ਤਾਂ ਸਾਡੇ ਹੈ ਹੀ ਹੈ ਸੀ, ਅਤੇ ਸਾਡੇ ਨਾਲ ਕਈ ਜੀ ਹੋਰ ਸ਼ਾਮਲ ਹੋਏ ਨੇ, ਠੀਕ ਹੈ ਜੀ। ਕੋਈ ਕਾਂਗਰਸ ਵੱਲੋਂ ਆਇਆ ਜੀ, ਕੋਈ ਕਿਸ ਵੱਲੋਂ ਆਇਆ ਜੀ, ਕੋਈ ਕਿਸ ਵੱਲੋਂ ਆਇਆ। ਅਤੇ ਆਪਾਂ ਜਿੰਨਾ ਵੀ ਜ਼ੋਰ ਲਾ ਕੇ ਬੱਬੇਹਾਲੀ ਸਾਹਿਬ ਦੀ ਜਿੱਤ ਕਰਾਂਗੇ ਜੀ, ਅਤੇ ਚੰਗੀ ਲੀਡ ਦੇ ਨਾਲ ਤਿੱਬੜ ਤੋਂ ਜਿਤਾਵਾਂਗੇ ਜੀ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਜੀ। ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹੋਰ ਕੀ ਕੀਤਾ ਜਾ ਰਿਹਾ ਜੀ, ਨੁੱਕਰ ਮੀਟਿੰਗ ਵਗੈਰਾ? ਵੇਖੋ ਜੀ, ਅਕਾਲੀ ਦਲ ਨੂੰ ਮਜ਼ਬੂਤ ਕੀਤਾ, ਘਰ ਘਰ ਨੁੱਕਰ ਮੀਟਿੰਗਾਂ ਹੋ ਰਹੀਆਂ ਜੀ, ਠੀਕ ਹੈ ਜੀ। ਪਹਿਲੀ ਮੀਟਿੰਗ ਸਾਡੇ ਅੱਡੇ 'ਤੇ ਹੋ ਰਹੀ ਹੈ, ਦੂਸਰੀ ਮੀਟਿੰਗ ਮੇਰੇ ਘਰ ਹੋ ਰਹੀ ਹੈ, ਤੀਸਰੀ ਮੀਟਿੰਗ ਆਪਾਂ ਕੰਗਾਂ ਵਾਲਿਆਂ ਦਾ ਡੇਰਾ ਪੈਂਦਾ ਉੱਧਰ ਕਰਾਂਗੇ, ਚੌਥੀ ਮੀਟਿੰਗ ਫਿਰ ਇੱਧਰ ਪਿੰਡ 'ਚ ਹੀ ਕਰਾਂਗੇ, ਮੁੜ ਕੇ ਬਿਕਰਮਜੀਤ ਸਿੰਘ ਹੈਗਾ ਮੁੰਡਾ ਉਹਦੇ ਕਰਾਂਗੇ ਜੀ ਮੀਟਿੰਗ। 5-6 ਮੀਟਿੰਗਾਂ ਤਿੱਬੜ ਦੇ ਵਿੱਚ ਅਟੈਂਡ ਕੀਤੀਆਂ ਜਾਣਗੀਆਂ ਜੀ। ਲੋਕਾਂ ਨੂੰ ਕਿੱਦਾਂ ਰੁਝਾਨ ਵੇਖਣ ਨੂੰ ਮਿਲਿਆ ਅਕਾਲੀ ਦਲ ਦਾ? ਵੇਖੋ, ਰੁਝਾਨ ਪਹਿਲਾਂ ਵੀ ਵਧੀਆ ਮਿਲਿਆ ਜੀ, ਜੋ ਪਿਛਲੇ 10 ਸਾਲਾਂ ਦੇ ਵਿੱਚ ਰਹੇ ਆ ਸਰਦਾਰ ਗੁਰਬਚਨ ਸਿੰਘ ਜੀ ਬੱਬੇਹਾਲੀ ਜੀ, ਉਹਨਾਂ ਨੇ ਉਦੋਂ ਵੀ ਬਹੁਤ ਵਧੀਆ ਕੰਮ ਕੀਤੇ ਆ। ਕੋਈ ਲਾਲਚ ਦੇ ਵਿੱਚ ਆਣ ਕੇ ਦੁਨੀਆ, ਕੋਈ ਵੀ ਇਹਨਾਂ ਮੈਨੀਫੈਸਟੋ ਜੋ ਵੀ ਕੀਤੇ ਸੀ ਉਹਦੇ ਵਿੱਚ ਆਣ ਕੇ ਲੋਕਾਂ ਸਹੁੰ, ਸਭ ਤੋਂ ਵੱਡੀ ਕਸਮ ਹੁੰਦੀ ਆ ਸਹੁੰ ਦੀ, ਗੁਟਕਾ ਸਾਹਿਬ ਦੀ, ਗੁਟਕਾ ਸਾਹਿਬ ਦੀ ਕਸਮ ਖਾ ਕੇ ਕੈਪਟਨ ਸਾਹਿਬ ਜੀ ਨੇ ਕੀਤਾ ਸੀ, ਉਹਦੇ ਨਾਲ ਥੋੜ੍ਹਾ ਦੁਨੀਆ ਦਾ ਰੁਝਾਨ ਬਦਲ ਗਿਆ। ਬਾਕੀ ਕੋਈ ਗੱਲ ਨਹੀਂ ਜੀ, ਵਧੀਆ ਲੀਡ ਹਾਸਲ ਕਰਾਂਗੇ, ਸਰਕਾਰ ਬਣਾਵਾਂਗੇ ਜੀ ਅਕਾਲੀ ਦਲ ਦੀ। ਹਾਂ, ਬੱਬੇਹਾਲੀ ਦੀ ਅਕਾਲੀ ਦਲ ਸਾਹਿਬ ਦੀ ਸਰਕਾਰ ਆਊਗੀ ਜੀ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਾਡੇ ਮੁੱਖ ਮੰਤਰੀ ਹੋਣਗੇ ਆਉਣ ਵਾਲੇ ਜੀ।